ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜਾ ਇਹ ਗਿਰੋਹ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਅਤੇ ਲੋਕਾਂ ਦੀਆਂ ਗਲਤ ਵੀਡੀਓਜ਼ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਸੀ। ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸੰਦੀਪ ਨਾਮ ਦੇ ਵਿਅਕਤੀ ਨੂੰ ਦੋ ਮਹਿਲਾਵਾਂ ਨੇ ਪਹਿਲਾਂ ਆਪਣੇ ਝਾਂਸੇ ਦੇ ਵਿੱਚ ਲਿਆ, ਫਿਰ ਉਸ ਨੂੰ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਲੈ ਗਈਆਂ ਜਿੱਥੇ ਪਹਿਲਾਂ ਤੋਂ ਹੀ 4 ਲੋਕ ਮੌਜੂਦ ਸਨ, ਜਿਨ੍ਹਾਂ ਨੇ ਪੂਰੀ ਪਲੈਨਿੰਗ ਦੇ ਮੁਤਾਬਿਕ ਪਹਿਲਾਂ ਉਸਦੇ ਕੱਪੜੇ ਉਤਰਵਾਏ, ਫਿਰ ਉਸਦੀ ਵੀਡੀਓ ਬਣਾਈ ਅਤੇ ਉਸਨੂੰ ਬਲੈਕਮੇਲ ਕਰਨ ਦੇ ਲਈ 50,000 ਰੁਪਏ ਦੀ ਮੰਗ ਰੱਖੀ। ਹਾਲਾਂਕਿ ਉਸ ਵਿਅਕਤੀ ਨੇ ਜਿਵੇਂ ਤਿਵੇਂ ਕਰਕੇ ਉਹਨਾਂ ਨੂੰ 50,000 ਰੁਪਏ ਗੂਗਲ ਪੇ ਕੀਤੇ, ਜਿਸ ਤੋਂ ਬਾਅਦ ਪੀੜਤ ਵਿਅਕਤੀ ਪੁਲਿਸ ਕੋਲ ਪਹੁੰਚਿਆ ਤੇ ਸ਼ਿਕਾਇਤ ਦਰਜ ਕਰਵਾਈ ਤੇ ਹੁਣ ਇਹ ਗਿਰੋਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਅਤੇ ਪੁਲਿਸ ਨੇ ਗੂਗਲ ਪੇ ਜ਼ਰੀਏ ਟ੍ਰਾਂਸਫਰ ਕੀਤੇ ਵੀ ਪੈਸੇ ਬਰਾਮਦ ਕਰ ਲਏ ਨੇ। ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲੀ ਵਾਸ ਮੌਲਵੀ ਪਿੰਡ ਦਾ ਰਹਿਣ ਵਾਲਾ, ਜਿਹਦਾ ਹਨੂਮਾਨਗੜ੍ਹ ਦਾ, ਉਹਨੇ ਸਾਡੇ ASI ਗੁਰਮੇਲ ਸਿੰਘ ਪਾਸ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ, ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਿਤੀ 10/9 ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨੂਮਾਨਗੜ੍ਹ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ 'ਤੇ। ਜਦੋਂ ਉਹ ਰੇਲ ਗੱਡੀ 'ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲ, ਤਾਂ ਇੱਥੇ ਉਹਨੂੰ 2 ਔਰਤਾਂ ਮਿਲੀਆਂ ਸਕੂਟਰੀ 'ਤੇ, ਜਿਹਨੇ ਉਹਨੂੰ ਆਪਣੇ ਜਿਨ੍ਹਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਜਾਲ ਵਿੱਚ ਫਸਾ ਕੇ ਤਾਂ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨ ਹੰਸਨਗਰ ਦੇ ਵਿੱਚ ਲੈ ਗਿਆ। ਜਿੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਪ ਨੰਗਾ ਕਰਕੇ, ਉੱਥੇ ਇੱਕ 4 ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ, ਅਲਪ ਨੰਗਾ ਕਰਕੇ ਉਹਦੀ ਜਿਹੜੀ ਹੈਗੀ ਆ ਉਹਨੂੰ ਉਹਦੀ ਵੀਡੀਓ ਬਣਾ ਲਈ ਅਤੇ ਵੀਡੀਓ ਬਣਾ ਕੇ ਉਸ 'ਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੂੰ ਪੈਸੇ ਦੇ ਅਤੇ ਨਹੀਂ ਅਸੀਂ ਇਹ ਤੇਰੀ ਵੀਡੀਓ ਵਾਇਰਲ ਕਰਾਂਗੇ, ਤੈਨੂੰ ਬਲੈਕਮੇਲ ਕਰਾਂਗੇ। ਜਿਸ ਤੋਂ ਬਾਅਦ ਉਹਨੇ ਉਸਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਆ ਜਿਹੜਾ ਉਹਨੂੰ 50,000 ਰੁਪਇਆ ਪਵਾ ਲਿਆ। ਬਟ ਉਸ 'ਤੇ ਕੀ ਨਾ, ਕੱਲ੍ਹ ਜਦੋਂ ਉਹਨੇ ਸਾਡੇ ਪਾਸ ਆਇਆ ਅਸੀਂ ਮੌਕੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ FIR ਦਰਜ ਕੀਤੀ, FIR ਨੰਬਰ 115, ਅਤੇ 4 ਦੋਸ਼ੀਆਂ ਨੂੰ ਅਸੀਂ ਅਜੇ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ 4 ਨੂੰ ਅਸੀਂ ਅਰੈਸਟ ਕਰ ਲਿਆ। ਇੱਕ ਔਰਤ ਦਾ ਨਾਂ ਹੈਗਾ ਜਸਪ੍ਰੀਤ ਕੌਰ ਉਰਫ ਜੱਸੀ, ਜੋ ਹੈਗੀ ਆ ਜਨਤਾ ਕਲੋਨੀ ਰਾਮਪੁਰਾ ਫੂਲ ਦੀ ਆ। 3 ਜਿਹੜੇ ਜੈਂਟਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਿਤ ਕੁਮਾਰ ਉਰਫ ਡਿੰਪੀ, ਇਹ ਵੀ ਜਨਤਾ ਕਲੋਨੀ ਰਾਮਪੁਰਾ ਦਾ, ਅਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਇਹ ਤਿਉਣੇ ਦਾ ਜੀ, ਅਤੇ ਬਲਦੀਪ ਸਿੰਘ ਔਰ ਘੀਲਾ ਜਿਹੜਾ ਇਹ ਝੁੰਬੇ ਦਾ ਜੀ, ਦੋਵਾਂ ਦੀ ਅਰੈਸਟ ਪੈਂਡਿੰਗ ਹੈ, ਇੱਕ ਲੇਡੀ ਦਾ ਇੱਕ ਜੈਂਟਸ ਦਾ। ਇਹਦੇ ਬਾਰੇ ਅਸੀਂ ਪੜਤਾਲ ਕਾਰਡ ਕਰਾ ਰਹੇ, ਇਹਨਾਂ ਦੇ ਜਿਹੜਾ ਕੰਸਰਨ ਥਾ ਉਹਨਾਂ ਨੂੰ ਲਿਖ ਕੇ ਭੇਜਿਆ ਅਤੇ ਜਦੋਂ ਸਾਨੂੰ ਇਨਫੋਰਮੇਸ਼ਨ ਉੱਧਰੋਂ ਆ ਗਈ ਤੁਹਾਨੂੰ ਸ਼ੇਅਰ ਕਰ ਦਿਓ। ਬੈਕਗ੍ਰਾਊਂਡ ਕੀ ਹੈ ਜੀ, ਪਹਿਲੇ ਵੀ ਇਹੀ ਕੰਮ ਕਰਦੇ ਦੇਖੋ, ਕੱਲ੍ਹ ਫੜੇ ਆ, ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ, ਰਿਮਾਂਡ ਲੈ ਕੇ ਇਹਨੀ ਚੰਗੀ ਤਰ੍ਹਾਂ ਇੰਟਰੋਗੇਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀਗੇ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ, ਅਤੇ ਇੱਕ ਸਕੂਟਰੀ ਉਹ ਅਸੀਂ ਬਰਾਮਦ ਕਰ ਲਈ ਹੈ, ਅਤੇ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੀ ਹੈਗੀ ਹੈ 50,000 ਰੁਪਇਆ ਦੀ ਨਗਦੀ ਹੈ ਜਿਹੜੀ ਬਰਾਮਦ ਕਰਾਉਣੀ। ਇਹ ਬਸ ਇੱਦਾਂ ਔਰਤਾਂ ਸਿੰਘ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੀਆਂ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ, ਠੀਕ ਆ, ਅਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਹ ਇਹਨਾਂ ਦੇ ਮਗਰ ਲੱਗ ਜਾਂਦੇ ਆ ਜੀ, ਇਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ। ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਕੇ ਇਹਨਾਂ ਦੀਆਂ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ। ਦਿਨ ਦੀ ਘਟਨਾ ਕਿ ਰਾਤ ਦੀ ਹੈ ਜੀ? ਨਹੀਂ, ਇਹ 10 ਤਰੀਕ ਦੀ ਆ, ਰਾਤ ਦੀ ਘਟਨਾ।
ਹਾਂ ਜੀ, ਇੱਕ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ? ਕਈ ਘਟਨਾਵਾਂ ਇਸ ਤਰ੍ਹਾਂ ਹੋ ਜਾਂਦੀਆਂ ਵੀ ਲੋਕਾਂ ਨੂੰ ਵਰਗ ਲਾ ਕੇ ਔਖ ਕਰ ਦੇ। ਲੋਕਾਂ ਨੂੰ ਮੇਰੀ ਇਹੀ ਅਪੀਲ ਆ ਜੀ, ਕਿਸੇ ਤੇ ਵਿਸ਼ਵਾਸ ਨਾ ਕਰੋ ਬਸ, ਠੀਕ ਹੈ ਸਾਹਿਬ, ਆਪਣਾ ਸੁਚੇਤ ਰਹੋ, ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਕੋਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਆਪਦਾ ਜੀ, 7508018101। ਤੇ ਆਪਣੇ ਆਪ ਦੇਖੋ, ਆਪ ਸੁਚੇਤ ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੈ। ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜੀ, ਮੈਨੂੰ ਰਾਤ ਹੀ ਘੁੰਮਦੇ ਰਹਿੰਦੇ, ਰਾਤ ਨੂੰ ਚੜਿਆ ਨਹੀਂ ਕਰਦੇ ਆ, ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਜੀ ਇਸ ਤਰ੍ਹਾਂ। ਦੇਖੋ ਜੀ, ਇਹਦੇ 'ਤੇ ਅਸੀਂ ਅਲਰਟ ਹੋਏ ਹੋਏ ਹਾਂ, ਅਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਤੈਨਾਤੀ ਹੈ, ਦੋ ਅਸੀਂ ਲੇਡੀਜ਼ ਅਤੇ ਜਿਹੜੀਆਂ ਸੀਗੀਆਂ, ਸਭ ਪਹਿਲਾਂ ਸੰਤਪੁਰਾ ਰੋਡ 'ਤੇ ਸੀ, FIR ਵੀ ਦਰਜ ਕੀਤੀਆਂ ਸੀ। PCR ਨੂੰ ਵੀ ਅਸੀਂ ਅਲਰਟ ਕੀਤਾ, ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ, ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਕੀਤਾ, ਅਸੀਂ ਇਹਨਾਂ ਦੇ ਇੱਕ ਮਜ਼ਬੂਤ ਪਰਚਾ ਦਰਜ ਕਰਾਂਗੇ।